ਫਾਜ਼ਿਲਕਾ ਦੇ ਪਿੰਡ ਘਾਂਗਾ ਖੁਰਦ ਵਿੱਚ ਇੱਕ ਪਰਿਵਾਰ ਵੱਲੋਂ ਕੁਝ ਲੋਕਾਂ ਉੱਪਰ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ੇ ਦੀ ਵਿਕਰੀ ਕੀਤੇ ਜਾਣ ਤੇ ਇਤਰਾਜ਼ ਕੀਤਾ ਗਿਆ ਤਾਂ ਸੱਤਾ ਦੇ ਨਸ਼ੇ ਵਿੱਚ ਚੂਰ ਬੇਖੌਫ ਇਹਨਾਂ ਲੋਕਾਂ ਨੇ ਨਾ ਸਿਰਫ ਸ਼ਿਕਾਇਤਕਰਤਾ ਪਰਿਵਾਰ ਦੇ ਘਰ ਜਾ ਕੇ ਸ਼ਰੇਆਮ ਗੋਲੀਆਂ ਚਲਾਈਆਂ ਬਲਕਿ ਘਰ ਵਿੱਚ ਖੜੀ ਇੱਕ ਕਾਰ ਤੇ ਹੋਰ ਵਾਹਨਾਂ ਨੂੰ ਵੀ ਚੱਕਣਾ ਚੂਰ ਕਰ ਦਿੱਤਾ ਅਤੇ ਮਾੜੀ ਸ਼ਬਦਾਵਲੀ ਵਰਤਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸੇ ਤਰ੍ਹਾਂ ਗੁਰਚਰਨ ਸਿੰਘ ਉਰਫ ਸ਼ੰਕਰ ਅਤੇ ਉਸਦੇ ਸਾਥੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਇੱਕ ਘਰ ਦੇ ਬਜ਼ੁਰਗ ਮਹਿਲ ਸਿੰਘ ਅਤੇ ਇੱਕ ਮਹਿਲਾ ਮਨਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ। ਇਸ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਗੁਰਚਰਨ ਸਿੰਘ ਸ਼ੰਕਰ ਅਤੇ ਹੋਰ ਉਸਦੇ ਅਣਪਛਾਤੇ ਸਾਥੀਆਂ ਸਮੇਤ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਮਹਿਲ ਸਿੰਘ ਦੇ ਲੜਕੇ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਸਦੇ ਪਿਤਾ ਨੇ ਕਈ ਵਾਰ ਗੁਰਚਰਨ ਸਿੰਘ ਨੂੰ ਉਸਦੇ ਸਾਥੀਆਂ ਨੂੰ ਸਾਡੇ ਘਰ ਦੇ ਆਲੇ ਦੁਆਲੇ ਨਸ਼ਾ ਵੇਚਣ ਤੋਂ ਰੋਕਿਆ ਸੀ, ਜਿਸ ਦੀ ਰੰਜਿਸ਼ ਰੱਖਦਿਆਂ ਉਸਨੇ ਆਪਣੇ ਸਾਥੀਆਂ ਸਮੇਤ ਸਾਡੇ ਉੱਪਰ ਜਾਨਲੇਵਾ ਹਮਲਾ ਕੀਤਾ ਹੈ। ਮਨਦੀਪ ਨੇ ਦੱਸਿਆ ਕਿ ਗੁਰਚਰਨ ਦੇ ਹਲਕਾ ਗੁਰੂ ਹਰ ਸਾਹਿਬ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਨੇੜਲੇ ਸੰਬੰਧ ਹਨ, ਜਿਸ ਦੇ ਅਹੰਕਾਰ ਵਿੱਚ ਹੀ ਉਸਨੇ ਬੇਖੌਫ ਹੋ ਕੇ ਉਸਤੇ ਹਮਲਾ ਕੀਤਾ ਹੈ। ਇਹ ਮਸਲਾ ਹੀ ਜਿਹੜਾ ਮੇਰਾ ਗਵਾਂਢੀ ਜਰਮਲ ਸਿੰਘ ਇਹ ਨਸ਼ਾ ਵੇਚਦਾ ਪਿੰਡ 'ਚ ਹੀ, ਇਹ ਜੋ ਸ਼ੰਕਰ ਤੋਂ ਚੈਣਾ ਹੈ ਦੋਵਾਂ ਭਰਾਵਾਂ ਦਾ, ਠੀਕ ਹੈ, ਉਹ ਸਾਡਾ ਗਵਾਂਢੀ ਅਤੇ ਸਾਡੇ ਬੂਹੇ ਦੇ ਅੱਗੇ ਵੇਚਦਾ। ਮੇਰੇ ਪਿਓ ਨੇ ਗਲਤ ਰੋਕਿਆ ਜੀ, ਸਾਡੇ ਬੂਹੇ ਗਿਣਾ ਕੁਛ ਕਰੋ ਅਤੇ ਆਪਦਾ ਪਾਸੇ ਕਰੋ, ਠੀਕ ਹੈ। ਇਹਨਾਂ ਦੇ ਘਰ ਪੁਲਿਸ ਰੇਡ ਕਰ ਰਹੀ, ਠੀਕ ਹੈ, ਪੁਲਿਸ ਸਾਡੇ ਬੂਹੇ ਅੱਗੇ ਰੁਕੀ, ਉਹਨਾਂ ਐਡਰੈਸ ਪੁੱਛਿਆ ਹੈਗਾ। ਇਸ ਗੱਲ ਤੋਂ ਉਹਨਾਂ ਨੇ ਇਹ ਗੱਲ ਬਣਾਈ ਤੁਸੀਂ ਸਾਡੇ ਘਰ ਰੇਡ ਕਰਾਉਂਦੇ। ਮੇਰਾ ਪਿਤਾ ਜੀ ਅਤੇ ਚਾਚੇ ਦਾ ਲੜਕਾ ਗੇਟ 'ਚ ਬੈਠੇ ਸੀ, ਆ ਕੇ ਉਹਨਾਂ ਦੇ ਗੱਲ ਪੈ ਨੇ ਪਹਿਲਾਂ ਹੀ, ਪਹਿਲਾਂ ਨੇ ਇੱਥੇ ਆਏ, ਇਹਨਾਂ ਕੋਲ ਗੱਲ ਨਹੀਂ ਹੈਗੀ ਸੀ। ਮੈਂ ਸ਼ਹਿਰ ਸੀਗਾ ਮੁਕਤਸਰ, ਮੈਨੂੰ ਫੋਨ ਕਰਕੇ ਹੀ ਘਰ ਵੀ ਆਹ ਗੱਲ ਹੋ ਗਈ। ਮੈਂ ਆਇਆ ਜਿੰਨੇ ਨੂੰ ਮੈਂ ਪਾਇਆ ਉਸ ਦਿਨ ਇਹ ਗੰਨਾ ਲੈ ਕੇ ਘਰ ਵੜ ਗਏ, ਗੋਲੀਆਂ ਚੱਲ ਰਹੀਆਂ ਸੀਗੀਆਂ। ਇੱਕ ਵਾਰੀ ਘਰ ਗਿਆ ਚਲੇ, ਜਦੋਂ ਮੈਂ ਘਰ ਵੜ ਗਿਆ ਦੂਜੀ ਵਾਰੀ ਫਿਰ ਆ ਕੇ ਸਿੱਧੇ ਫਾਇਰ ਮਾਰੇ ਨੇ, ਅਤੇ ਮੇਰੇ ਘਰ ਦੇ ਅੰਦਰ ਤੀਕਰ ਗਏ ਹੋਏ ਨੇ, ਅੰਦਰ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ, ਡੈਡੀ ਜੀ 'ਤੇ ਲੱਗੀ ਹੈਗੀ ਗੰਨ, ਗੋਲੀ ਲੱਗੀ, ਚਾਚੀ ਜੀ ਦੇ ਸਿਰ 'ਤੇ ਲੱਗੀ, ਦਾਖਲ ਨੇ ਫਰੀਦਕੋਟ ਜੀ। ਅਤੇ ਸਾਰਾ ਮਸਲਾ ਇਸੇ ਕਰਕੇ ਜੀ, ਉਹਨਾਂ ਨੂੰ ਨਸ਼ਾ ਇੱਥੇ ਅੱਧ ਗੇਟ 'ਚੋਂ ਵੀ ਨਾ ਵੇਚਣ ਸਾਡੇ ਗੇਟ 'ਚ ਉਹਨਾਂ ਨੂੰ ਰੋਕਿਆ, ਅਤੇ ਉਹਨਾਂ ਨੇ ਗੁੰਡਾਗਰਦੀ ਵਿਖਾਈ ਹੈਗੀ। ਪੁਲਿਸ ਦੀ ਕਾਰਵਾਈ ਬਾਈ ਮੈਨੂੰ ਕੋਈ ਯਕੀਨ ਨਹੀਂ ਹੈਗਾ, ਕਿਉਂਕਿ ਘੰਟਾ ਇੱਕ ਗੋਲੀਆਂ ਚੱਲੀ ਗਈਆਂ ਨੇ, ਕਿੰਨੇ ਫਾਇਰ ਹੋਣੇ ਤੁਸੀਂ ਨਿਸ਼ਾਨ ਦੇਖ ਲਓ। ਅੰਦਰ ਬੈਠੇ ਵਾਰ ਵਾਰ ਪੁਲਿਸ ਨੂੰ ਫੋਨ ਕਰ ਰਹੇ ਹਾਂ, ਬਹੁਤ ਲੇਟ ਪੁਲਿਸ ਪਹੁੰਚੀ, ਸਾਡਾ ਪਰਿਵਾਰ ਮੇਰਾ ਮਰ ਸਕਦਾ ਸੀਗਾ ਜੀ, ਠੀਕ ਹੈ। ਉਸ ਤੋਂ ਬਾਅਦ ਹੁਣ ਵੀ ਬੰਦੇ ਜੋ ਪਿੰਡ ਮੈਂ ਆਇਆ ਹੈਗਾ ਫਰੀਦਕੋਟ ਡੈਡੀ ਦਾ, ਪਿੰਡ ਦੇ ਬੰਦਿਆਂ ਦਾ ਕੋਈ ਪਤਾ ਲੱਗਿਆ ਗਿਆ, ਉਹ ਜਿਹਨਾਂ ਨੇ ਫਾਇਰ ਕੀਤੇ ਨੇ ਅਜੇ ਵੀ ਪਿੰਡ 'ਚ ਫਿਰਦੇ ਨੇ, ਅਤੇ ਪੁਲਿਸ ਮੈਨੂੰ ਕਹਿ ਰਹੀ ਵਿਖਾ ਕਿੱਥੇ ਫਿਰਦੇ ਹੈਗੇ ਨੇ, ਠੀਕ ਹੈ। ਮੈਂ ਮੰਗ ਕਰਦਾ ਪ੍ਰਸ਼ਾਸਨ ਮੇਰੇ ਪਰਿਵਾਰ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਪਿਤਾ ਜੀ ਦਾਖਲ ਹੈਗੇ ਨੇ ਘਰੇ, ਇਕੱਲੀਆਂ ਲੇਡੀਜ਼ ਹੈਗੀਆਂ। ਇਹ ਕੱਲ੍ਹ 5 ਵਜੇ ਦੀ ਗੱਲ ਹੈ ਜੀ, ਇਹਨਾਂ ਦਾ ਪਹਿਲਾਂ ਮਹਿਲ ਸਿੰਘ ਦੇ ਘਰ ਦੇ ਬਾਹਰ ਝਗੜਾ ਆ, ਉਹ ਤੋਂ ਬਾਅਦ ਉਹਦੇ ਕੁਛ ਸੱਟਾਂ ਲੱਗੀਆਂ ਜਰਮਨ ਸਿੰਘ ਦੇ ਸਿਰ 'ਚ ਸੱਟ, ਜੋ ਦੱਸਿਆ ਗਿਆ ਸਿਰ 'ਚ ਸੱਟ ਲੱਗੀ ਆ ਉਹਦੀ, ਉਹਦੇ ਮੁੜ ਕੇ ਬੰਦੇ ਇਕੱਠੇ ਕਰਕੇ ਇਹਦੇ 'ਤੇ ਇਹਨਾਂ ਦੇ ਘਰ 'ਤੇ ਹਮਲਾ ਕੀਤਾ, ਜਿਹਦੇ 'ਤੇ FIR ਨੰਬਰ 51 ਨੰਬਰ 6 ਬੰਦੇ 'ਤੇ ਦਰਜ ਕੀਤੀ ਗਈ ਆ। ਅਜੇ ਵੱਖ ਵੱਖ ਪਾਰਟੀਆਂ ਬਣਾ ਕੇ ਅਰੈਸਟ ਕਰ ਰਹੇ ਹਾਂ, ਅਜੇ ਕਿਸੇ ਦੀ ਕੋਈ ਅਰੈਸਟ ਨਹੀਂ ਹੈ। ਵਜ੍ਹਾ ਤਾਂ ਇਹ ਜਿਹੜਾ ਜੋ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚੱਲੀ ਹੈ, ਜਿਹੜੇ ਖਾਂਦੇ ਆ ਪੀਂਦੇ ਨਸ਼ਾ ਪੀਂਦੇ ਆ ਨਸ਼ਾ, ਉਹਨਾਂ ਨੂੰ ਪੁੱਛਗਿੱਛ 'ਚ ਬੁਲਾਇਆ ਜਾਂਦਾ, ਥਾਣੇ 'ਚ ਬੁਲਾਇਆ ਜਾਂਦਾ ਜਾਂ ਪੰਚਾਇਤ ਰਾਹੀਂ ਪੇਸ਼ ਹੁੰਦੇ ਆ, ਔਰ ਉਹਨਾਂ ਕੋਲ ਲਿਖ ਕੇ ਲਿਆ ਜਾਂਦਾ ਵੀ ਅਸੀਂ ਨਸ਼ਾ ਛੱਡ ਦਾਂਗੇ, ਅਸੀਂ ਆਪਣਾ ਟ੍ਰੀਟਮੈਂਟ ਕਰਾਵਾਂਗੇ। ਔਰ ਜੋ ਪਤਾ ਲੱਗਾ ਹੁਣ ਤੱਕ ਵੀ ਜਰਮਨ ਸਿੰਘ ਨੂੰ ਇਹ ਸ਼ੱਕ ਪੈ ਗਿਆ ਵੀ ਸ਼ਾਇਦ ਇਹਨਾਂ ਲੋਕਾਂ ਨੇ ਇਹ ਘਰ ਵਾਲਿਆਂ ਨੇ ਸਾਡੇ
ਨਸ਼ੇ ਦੇ ਬਾਰੇ ਜਿਹੜੀ ਆ ਪੁਲਿਸ ਨੂੰ ਇਤਲਾਹ ਦਿੱਤੀ। ਇਸੇ ਰੰਜਿਸ਼ ਤਹਿਤ ਉਹਨਾਂ ਨੇ ਲੜਾਈ ਝਗੜਾ ਹੋਇਆ ਅਤੇ ਪਹਿਲਾਂ ਜਰਮਨ ਸਿੰਘ ਦੇ ਸੱਟ ਲੱਗੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਹਮਲਾ ਕੀਤਾ ਜਿੱਥੇ ਇੱਕ ਜਸਵੀਰ ਸਿੰਘ ਅਤੇ ਉੱਥੇ ਮਹਿਲ ਸਿੰਘ ਅਤੇ ਮਨਪ੍ਰੀਤ ਕੌਰ ਦੇ ਜਿਹੜੇ ਗੋਲੀ ਲੱਗੀ ਹੈ ਜਿਹੜੇ ਹਸਪਤਾਲ ਦਾਖਲ ਆ। ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ, ਪਰ ਵੱਖ ਵੱਖ ਟੀਮਾਂ ਬਣਾ ਕੇ ਗ੍ਰਿਫਤਾਰ ਦੀ ਕੋਸ਼ਿਸ਼ ਕਰ ਰਹੇ ਹਾਂ। ਫਾਇਰ ਤਾਂ ਉਹਨਾਂ ਦੇ 3-4 ਲੱਗੇ ਜੀ, ਘਰੇ 2 ਨਿਸ਼ਾਨੀਆਂ ਲੱਗੀਆਂ ਜੀ, 3-4 ਫਾਇਰ ਹੋਏ ਜੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਨਸ਼ਿਆਂ ਖਿਲਾਫ਼ ਪੁਲਿਸ ਵੱਲੋਂ ਚਲਾਈ ਮੁਹਿੰਮ ਵਿੱਚ ਕਾਂਗਰਸੀ ਲੀਡਰਸ਼ਿਪ ਆਪ ਹੀ ਅੜਿੱਕਾ ਡਾ ਰਹੀ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।